नवकिरण जी, जिस तरीके दे नाल डेरा सिरसा मुखी नूं परोल दित्ती गई है, पहलां भी साडी गल हो चुकी सी कि किते ना किते हालात जो ने अणसखावें हो सकदे ने। बिल्कुल ठीक है, मैं इस गल नाल पूरा सहमत हाँ। जिहड़ा बंदा इंसानियत दा दुश्मन होवे, जिन्हें लोकां होर किसे धर्म दा जिहड़ा रिलीजियस सेंटीमेंट्स नूं हर्ट कीता होवे, उहनूं बिल्कुल नहीं छड़ना चाहीदा। ਤੇ ਉਹਦਾ ਸਾਰਾ ਬਹਾਨਾ ਹੈਗਾ ਵੀ ਮੇਰੀ ਮਾਤਾ ਬਿਮਾਰ ਹੈ। ਅੱਗੇ ਵੀ ਮੈਂ ਗੱਲ ਕੀਤੀ ਸੀ ਕਿ ਪਿਛਲੇ ਵਾਰੀ ਵੀ ਇਹ ਗੱਲ ਸਾਹਮਣੇ ਆਈ ਸੀਗੀ ਵੀ ਉਹਦੀ ਮਾਤਾ ਨੂੰ ਇੱਕ ਦਿਨ ਲਈ ਕਿਸੇ ਹਸਪਤਾਲ ਵਿੱਚ, ਪਤਾ ਨੀ ਗੁੜਗਾਉਂ ਦੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ, ਤੇ ਜਦੋਂ ਮਿਲ ਕੇ ਆਇਆ ਤੇ ਅਗਲੇ ਦਿਨ ਉਹਨੂੰ ਰਿਹਾ ਕਰਤਾ ਗਿਆ। नवकिरण जी, जिस तरीके दे नाल ए गल्लां आखियां जांदियां सी कि बीजेपी दा सिद्धम सिद्धा डेरा सिरसा मुखी दे सिर ते हाथ आ, की लगता हुण वी सरकार दी पूरी दी पूरी शह आ? क्योंकि पहला कहा जाता सी बहुत बड़ा क्रिमिनल आ, इहनूं तां अंदर होना चाहिए, पर हुण किवें परोल दे दित्ती गई? फिर देखो, मैं अगे भी गल कही सी कि सिर्फ बीजेपी नहीं, अकाली दल भी, कांग्रेस भी, सारे ही इहदे वोट बैंक दे उत्ते डिपेंडेंट ने। ਜਿਹੜੀ ਵੀ ਪੋਲੀਟੀਕਲ ਪਾਰਟੀ ਇਨ ਪਾਵਰ ਹੁੰਦੀ ਹੈ ਉਹਨਾਂ ਤੱਕ ਅਪਰੋਚ ਕਰ ਲੈਂਦੇ ਨੇ ਤੇ ਆਪਣੇ ਜਿਹੜੇ ਕੰਮ ਕਾਨੂੰਨੀ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਆਪਣਾ ਕਰਾ ਲੈਂਦੇ ਨੇ। ਸੋ ਬੜੀ ਜ਼ਾਤੀ ਹੈ, ਐਸਾ ਹੋਣਾ ਨਹੀਂ ਸੀ ਚਾਹੀਦਾ। ਤੇ ਹੁਣ ਪਤਾ ਨੀ ਅੰਡਰ ਸਿਕਿਉਰਿਟੀ ਭੇਜਿਆ ਕਿ ਨਹੀਂ ਭੇਜਿਆ, ਕਿਉਂਕਿ ਕੱਲ ਨੂੰ ਜੇ ਭੱਜ ਜਾਂਦਾ ਤੇ ਹੱਥ ਨਹੀਂ ਆਉਂਦਾ ਤੇ ਕੌਣ ਇਸ ਗੱਲ ਦਾ ਜ਼ਿੰਮੇਵਾਰ ਹੋਏਗਾ? ਕੀ ਲੱਗਦਾ, ਮਨਸ਼ਾਵਾਂ ਕੋਈ ਹੋਰ ਵੀ ਹੋ ਸਕਦੀਆਂ ਨੇ? ਕਿਹਾ ਜਾਂਦਾ ਡੇਰੇ ਸਿਰਸੇ ਦੀ ਜਿਹੜਾ ਗੱਦੀ ਦਾ ਰੌਲਾ ਵੀ ਚੱਲਦਾ, ਜਾਂ ਪੰਜਾਬ ਵਿਧਾਨ ਸਭਾ ਨਜ਼ਦੀਕ ਨੇ? ਦੇਖੋ, ਪੰਜਾਬ ਚ ਵੀ ਇਲੈਕਸ਼ਨਸ ਹੋਣੀਆਂ ਨੇ, ਉਹਦੇ ਵਿੱਚ ਵੀ ਕੱਲ ਨੂੰ ਬੀਜੇਪੀ ਫਾਇਦਾ ਲੈਣਾ ਚਾਹ ਸਕਦੀ ਹੈ। ਸੋ ਕੋਈ ਨਾ ਕੋਈ ਪੋਲੀਟੀਕਲ ਮੋਟਿਵਸ ਤਾਂ ਹੋਣਗੇ। ਨਵਕਿਰਨ ਜੀ, ਜਿਸ ਤਰੀਕੇ ਦੇ ਨਾਲ ਹੁਣ ਸਿੱਟ ਦੇ ਵੱਲੋਂ ਵੀ ਕਾਰਵਾਈ ਤੇਜ਼ ਕੀਤੀ ਗਈ ਸੀ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਪ੍ਰੇਮੀ ਚੱਕੇ ਜਾ ਰਹੇ ਸੀ, ਕੀ ਲੱਗਦਾ ਸਿੱਟ ਵੀ ਪ੍ਰਭਾਵਿਤ ਹੋਊਗੀ? ਸਿੱਟ ਦਾ ਤਾਂ ਕੋਈ ਪ੍ਰਭਾਵਿਤ ਹੋਣ ਦੀ ਗੱਲ ਨਹੀਂ ਲੱਗਦੀ, ਲੇਕਿਨ ਜੇ ਜੇ ਕਾਂਗਰਸ ਸਰਕਾਰ ਦੇ ਉੱਤੇ ਪ੍ਰਭਾਵ ਪਾਉਣਾ ਚਾਹੋ ਤੇ ਕਾਂਗਰਸ ਸਰਕਾਰ ਦੇ ਰਾਹੀਂ ਜਿਹੜਾ ਹੈ ਕੇਸ ਨੂੰ ਕਿਸ ਤਰੀਕੇ ਨਾਲ ਡੀਲ ਕਰਦੇ ਹੈ, ਕਿਉਂਕਿ ਕੱਲ ਨੂੰ ਇਹਦੀ ਇਨਵੋਲਵਮੈਂਟ ਤਾਂ ਹੈ ਹੀ ਹੈ, ਇਹਦੇ ਭਗਤਾਂ ਨੇ ਇਹਨੂੰ ਖੁਸ਼ ਕਰਨ ਵਾਸਤੇ ਸਾਰਾ ਕੰਮ ਕੀਤਾ। ਪਰ ਕੀ ਐਵੀਡੈਂਸ ਸਾਹਮਣੇ ਆਈ ਕਿ ਨਹੀਂ ਆਈ, ਕਿ ਇਹਦੇ ਕਹਿਣ ਤੇ ਕੀਤਾ ਕਿ ਨਹੀਂ ਕੀਤਾ, ਇਹਦੇ ਬਾਰੇ ਮੈਂ ਸ਼ੋਰ ਨਹੀਂ ਹੈਗਾ। ਲੇਕਿਨ ਇਹ ਤਾਂ ਹੈਗਾ ਵੀ ਕਿਉਂਕਿ ਇਹਦੀ ਮੂਵੀਜ਼ ਨੂੰ ਸਿੱਖ ਜਿਹੜੇ ਨੇ ਅਪੋਜ਼ ਕਰ ਰਹੇ ਸੀਗੇ, ਤੇ ਉਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਚਿੜ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਤੇ ਉਹ ਪਾਸ਼ ਕਰ ਰਹੇ। ਨਵਕਿਰਨ ਜੀ, ਹੋਰ ਵੀ ਕੇਸ ਜਿਹੜੇ ਆ ਡੇਰਾ ਸਿਰਸਾ ਮੁਖੀ ਦੇ ਉੱਤੇ ਚੱਲ ਰਹੇ ਨੇ, ਜਿਸ ਤਰੀਕੇ ਦੇ ਨਾਲ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ, ਜਾਂ ਕਹਿ ਲਈਏ ਕਤਲਾਂ ਦੇ ਮਾਮਲੇ ਨੇ ਕਈ, ਤਾਂ ਹੋਰ ਕੀ ਲੱਗਦਾ ਉਹਨਾਂ ਕੇਸਾਂ ਦਾ ਫਿਰ ਕੀ ਬਣੂ? ਨਹੀਂ, ਉਹਦੇ ਦੇਖੋ ਉਹ ਤਾਂ ਕੇਸ ਚੱਲਣੀ ਹੈ, ਕੋਈ ਉਹਦੇ ਦੋ ਦਿਨ ਲਈ ਬਾਹਰ ਆਉਣ ਦੇ ਨਾਲ ਇਹ ਨਹੀਂ ਹੈ ਕਿ ਉਹਨੇ ਉਸ ਕੇਸ ਅਕਸਰ। ਪਰ ਜਿਸ ਤਰੀਕੇ ਦੇ ਨਾਲ ਇਹ ਕਿਆਸ ਲਾਏ ਜਾ ਰਹੇ ਨੇ ਕਿ ਕਿਉਂਕਿ ਐਡਾ ਵੱਡਾ ਕੇਡਰ ਆ ਡੇਰੇ ਦਾ, ਐਡੇ ਵੱਡੇ ਭਗਤ ਨੇ ਪਿੱਛੇ, ਜੇ ਡੇਰਾ ਸਿਰਸਾ ਮੁਖੀ ਅੰਦਰ ਨਹੀਂ ਜਾਂਦੇ ਵਾਪਸ, ਜਾਂ ਹਾਲਾਤ ਜਿਹੜੇ ਅਣਸਖਾਵੇਂ ਹੋ ਸਕਦੇ ਆ, ਇਹ ਕਿਆਸ ਵੀ ਲਗਾਤਾਰ ਲਾਏ ਜਾ ਰਹੇ ਸੀ। ਪੰਥਕ ਜਥੇਬੰਦੀਆਂ ਵੀ ਰੋਸ ਜ਼ਾਹਰ ਕਰ ਰਹੀਆਂ ਸੀ ਕਿ ਐਡੇ ਵੱਡੇ ਕ੍ਰਿਮੀਨਲ ਨੂੰ ਜਿਹੜਾ ਆ ਬਾਹਰ ਨਹੀਂ ਆਉਣ ਦੇਣਾ ਚਾਹੀਦਾ। ਬਿਲਕੁਲ ਜੀ, ਇਹ ਤਾਂ ਪਬਲਿਕ ਸੇਫਟੀ ਦਾ ਸਵਾਲ ਸੀਗਾ ਤੇ ਇਹਨੂੰ ਬਿਲਕੁਲ ਬੇਰਿਹਾ ਨਹੀਂ ਸੀ ਕਰਨਾ ਚਾਹੀਦਾ। ਤੇ ਮੈਂ ਹਾਲੇ ਵੀ ਆਸ ਕਰਦਾ ਵੀ ਅੰਡਰ ਸਿਕਿਉਰਿਟੀ ਭੇਜਿਆ ਹੋਵੇ, ਤੇ ਜੇ ਨਹੀਂ ਭੇਜਿਆ ਤੇ ਕੱਲ ਨੂੰ ਵਾਪਸ ਨਹੀਂ ਆਏਗਾ ਤੇ ਕੌਣ ਇਹਦਾ ਜ਼ਿੰਮੇਵਾਰ ਹੋਏਗਾ, ਤੇ ਕਿਵੇਂ ਇਹਨੂੰ ਵਾਪਸ ਫੜ ਕੇ ਅੰਦਰ ਜੇਲ੍ਹ 'ਚ ਬੰਦ ਕੀਤਾ ਜਾਏਗਾ? ਨਵਕਿਰਨ ਜੀ, ਕੀ ਲੱਗਦਾ ਹੁਣ ਸਪਸ਼ਟ ਹੁੰਦਾ ਵੀ ਪੰਜਾਬ ਦੀ ਜਿਹੜੀ ਰਾਜਨੀਤੀ ਆ, ਪੰਜਾਬ ਦੀ ਰਾਜਨੀਤੀ ਪ੍ਰਭਾਵਿਤ ਹੋਊਗੀ 2022 ਦੇ ਵਿੱਚ? ਬੀਜੇਪੀ ਪੱਤਾ ਖੇਡ ਸਕਦੀ ਆ ਡੇਰੇ ਦੀਆਂ ਵੋਟਾਂ ਦਾ? ਬਿਲਕੁਲ ਜੀ, ਬੀਜੇਪੀ ਹਰਿਆਣੇ 'ਚ ਉਹਨੂੰ ਫਾਇਦਾ ਪਹੁੰਚਾਇਆ ਤੇ ਕੱਲ ਨੂੰ ਬੀਜੇਪੀ ਉਹਨੂੰ ਕਹੇਗੀ ਕਿ ਸਾਨੂੰ ਵੋਟਾਂ ਪਾਓ ਐਂਡ ਉਹਨੂੰ ਮਦਦ ਕਰੇਗੀ ਇਸ ਸੈਂਟਰ ਵਿੱਚ ਵੀ, ਕਿਉਂਕਿ ਬੀਜੇਪੀ ਹੈਗੀ ਹੈ। ਕੋਈ ਵੱਡੀ ਗੱਲ ਨਹੀਂ, ਕੋਈ ਗੱਲਬਾਤ ਹੋਈ ਹੋਵੇ।